ਸਿਕਲ ਜੀ ਇੱਕ ਛੋਟਾ ਜਿਹਾ ਕੰਮ ਉਹਨਾਂ ਸਟੂਡੈਂਟਾਂ ਨੇ ਕਰਨਾ ਆ ਜਿਹੜੇ ਮੇਰੀ ਗੱਲ ਨੂੰ ਫੋਲੋ ਕਰਦੇ ਆ ਜਿਹੜੇ ਮੇਰੀ ਵੀਡੀਓ ਸੁਣਦੇ ਆ ਜਿਹੜੇ ਜ਼ਿੰਦਗੀ 'ਚ ਕਾਮਯਾਬ ਹੋਣਾ ਚਾਹੁੰਦੇ ਆ ਅਤੇ ਜਿਹੜੀਆਂ ਮੇਰੀਆਂ ਵੀਡੀਓ ਨੂੰ ਲਗਾਤਾਰ ਸੁਣਦੇ ਰਹਿੰਦੇ ਆ ਮੇਰੀਆਂ ਗੱਲਾਂ ਨੂੰ ਫੋਲੋ ਵੀ ਕਰਦੇ ਆ ਉਹਨਾਂ ਵਾਸਤੇ ਥੋੜ੍ਹਾ ਜਿਹਾ ਕੰਮ ਉਹਨਾਂ ਨੂੰ ਕਹਿਣ ਲੱਗਾ ਛੋਟਾ ਕੰਮ ਤੁਸੀਂ ਅੱਜ ਤੋਂ ਕਰਨਾ ਸਟਾਰਟ ਕਰਨਾ ਆ ਜੇ ਤੁਸੀਂ ਸਕਸੈਸ ਹੋਣਾ ਚਾਹੁੰਦੇ ਹੋ ਠੀਕ ਆ ਇੱਕ ਤਾਂ ਆਪਾਂ ਨੂੰ ਸਾਰਾ ਹੁਣ ਪਤਾ ਹੀ ਆਪਣਾ ਡ੍ਰੀਮ ਕੀ ਹੈਗਾ ਆਪਣਾ ਡ੍ਰੀਮ ਹੈਗਾ ਸਟੈਨੋਗ੍ਰਾਫਰ ਲੱਗਣਾ ਸਟੈਨੋਟਾਈਪਿਸਟ ਲੱਗਣਾ ਸਟੈਨੋਟਾਈਪਿਸਟ ਲੱਗਣਾ ਇਹ ਆਪਣਾ ਡ੍ਰੀਮ ਨਹੀਂ ਹੈਗਾ ਆਪਣੀ ਉਹਦੀ ਪਿੱਛੇ ਜਿਹੜੀ ਸੈਲਰੀ ਹੈਗੀ ਆ 32,000 ਸੈਲਰੀ ਹੈਗੀ ਆ ਠੀਕ ਆ ਉਸ ਤੋਂ ਬਾਅਦ ਜਿਹੜੀ ਆਪਣੀ ਕਾਰ ਹੈਗੀ ਆਪਣੀ ਕੋਠੀਆਂ ਹੈਗੀਆਂ ਆਪਾਂ ਵਿਆਹ ਕਰਾਉਣੇ ਜਿਹੜੇ ਹੈਗੇ ਸੁਪਨਾ ਉਹ ਆ ਸਟੈਨੋਗ੍ਰਾਫਰ ਬਣਨਾ ਕਿਸੇ ਦਾ ਸੁਪਨਾ ਨਹੀਂ ਹੁੰਦਾ ਕਦੇ ਵੀ ਕੋਈ ਬੰਦਾ ਬਚਪਨ ਤੋਂ ਨਹੀਂ ਕਹਿੰਦਾ ਕੋਈ 10ਵੀਂ ਪਲੱਸ 2 ਬੀਏ ਵਿੱਚ ਇਹ ਬੰਦਾ ਨਹੀਂ ਕਹਿੰਦਾ ਵੀ ਤੁਹਾਨੂੰ ਕਦੇ ਕੋਈ ਬੰਦਾ ਇਸ ਤਰ੍ਹਾਂ ਦਾ ਮਿਲ ਹੀ ਨਹੀਂ ਸਕਦਾ ਜਿਹੜਾ ਕਹਿੰਦਾ ਵੀ ਮੇਰਾ ਸਟੈਨੋਗ੍ਰਾਫਰ ਬਣਨ ਦਾ ਸੁਪਨਾ ਆ ਇਹ ਆਪਾਂ ਮਜਬੂਰੀ ਜੀ ਤੱਕ ਤੱਕ ਖਾ ਕੇ ਸਾਰੀਆਂ ਪੜ੍ਹਾਈਆਂ ਵਿੱਚੋਂ ਫਿਰ ਇਸ ਲੈਨ ਦੇ ਵਿੱਚ ਆਏ ਹਾਂ ਡ੍ਰੀਮ ਆਪਣਾ ਸੈਲਰੀ ਆ ਨਾ ਕਿ ਸਟੈਨੋਗ੍ਰਾਫਰ ਲੱਗਣਾ ਠੀਕ ਹੈ ਇਸ ਕਰਕੇ ਉਹ ਡ੍ਰੀਮ ਸਾਰਾ ਆਪਣਾ ਜਿਹੜੇ ਸੁਪਨੇ ਹੈਗੇ ਜੋ ਆਪਾਂ ਸੋਚਿਆ ਹੋਇਆ ਆਪਣੀ ਪੂਰਾ ਡਿਜ਼ਾਈਨ ਆਪਾਂ ਕੀਤਾ ਹੋਇਆ 60 ਸਾਲਾਂ ਦਾ ਜਿੰਨੀ ਆਪਣੀ ਏਜ ਹੈਗੀ 58 ਸਾਲ ਤੱਕ ਆਪਾਂ ਡਿਜ਼ਾਈਨ ਕੀਤਾ ਹੋਇਆ ਵੀ ਇੰਨੇ 'ਚ ਨੌਕਰੀ ਲੱਗਾਂਗੇ ਅਤੇ ਇੰਨੇ 'ਚ ਅਗਰ ਰਿਟਾਇਰ ਹੋਏ ਤਾਂ ਉਸ ਰਿਟਾਇਰਮੈਂਟ ਦੇ ਟਾਈਮ ਵਿੱਚ ਆਹ ਕੰਮ ਕਰਾਂਗੇ ਐਡੀ ਲੰਬੀ ਪਲੈਨਿੰਗ ਕੀਤੀ ਹੋਈ ਆ ਪਰ ਜਿਹੜੀ ਅੱਜ ਦੀ ਪਲੈਨਿੰਗ ਹੈਗੀ ਸੁਬਾਹ ਉੱਠਦੇ ਸਾਰ ਤੁਸੀਂ ਉਹਦਾ ਪਲੈਨ ਕਰਨਾ ਅੱਜ ਕਰਨਾ ਕੀ ਆ ਸੁਬਾਹ ਉੱਠਦੇ ਸਾਰ ਹੀ ਤੁਹਾਨੂੰ ਪਲੈਨਿੰਗ ਦਾ ਪਤਾ ਹੋਵੇ ਜੇ ਤੁਹਾਡੀ ਪਲੈਨਿੰਗ ਨਹੀਂ ਹੈਗੀ ਤੁਸੀਂ ਉੱਠਣਾ ਕਦੇ ਹਸਤੇ ਆ ਤੁਹਾਡੇ ਕੋਲ ਕੋਈ ਰੀਜ਼ਨ ਨਹੀਂ ਹੈਗਾ ਉੱਠਣ ਦਾ ਠੀਕ ਆ ਤੁਸੀਂ ਆਪਣਾ ਪਲੈਨ ਰੱਖੋ ਪਹਿਲਾਂ ਵੀ ਸੁਬਾਹ ਉੱਠਾਂਗੇ ਅਤੇ ਆਹ ਕੰਮ ਕਰਾਂਗੇ ਤਾਂ ਰਾਤ ਨੂੰ ਸੌਣ ਲੱਗੇ ਫਿਰ ਐਨਲਾਈਜ਼ ਕਰਨਾ ਵਾਕਈ ਜੋ ਮੈਂ ਟਾਰਗੇਟ ਰੱਖਿਆ ਸੀ ਅੱਜ ਪੂਰੇ ਦਿਨ ਦੇ ਵਿੱਚ ਕਰਨਾ ਹੈਗਾ ਤਾਂ ਪੂਰਾ ਹੋਇਆ ਕਿ ਨਹੀਂ ਹੋਇਆ ਆਪਣੀ ਡਾਇਰੀ ਲਾਓ ਮੈਂ ਬਹੁਤ ਵਾਰੀ ਵੀਡੀਓ ਵਿੱਚ ਵੀ ਗੱਲ ਕਹੀ ਹੈ ਵੀ ਡਾਇਰੀ ਲਾਉਣੀ ਜ਼ਰੂਰੀ ਆ ਸੁਬਾਹ ਦਾ ਤੁਹਾਡਾ ਪਲੈਨ ਹੋਵੇ ਅੱਜ ਸੁਬਾਹ ਉੱਠਾਂਗੇ ਅਤੇ ਆਹ ਕੰਮ ਕਰਾਂਗੇ ਇੰਨੀ ਡਿਊਟੇਸ਼ਨ ਲਿਖਾਂਗੇ ਇੰਨਾ ਟਾਈਮ ਟਾਈਪ ਕਰਾਂਗੇ ਇੰਨੀ ਆਊਟਲਾਈਨ ਕਰਾਂਗੇ ਆਹ ਡਿਸਕਸ ਕਰਾਂਗੇ ਕੁਛ ਵੀ ਆਪਣਾ ਪਲੈਨ ਪੂਰਾ ਪ੍ਰੋਪਰ ਹੋਵੇ ਤਾਂ ਰਾਤ ਨੂੰ ਜਿਹੜੀ ਤੁਹਾਨੂੰ ਨੀਂਦ ਪੂਰੀ ਸਕੂਨ ਦੀ ਨੀਂਦ ਆਉਣੀ ਚਾਹੀਦੀ ਆ ਰਿਲੈਕਸ ਹੋ ਕੇ ਸੌਂ ਸਕੋ ਤੁਸੀਂ ਵੀ ਜੋ ਟਾਰਗੇਟ ਅੱਜ ਦੇ ਦਿਨ ਦਾ ਰੱਖਿਆ ਸੀਗਾ ਉਹ ਤੁਸੀਂ ਪੂਰਾ ਕਰਕੇ ਸੁੱਤੇ ਹੋ ਜੇ ਤੁਸੀਂ ਉਹ ਟਾਰਗੇਟ ਰੱਖ ਕੇ ਪੂਰਾ ਨਹੀਂ ਕੀਤਾ ਤਾਂ ਤੁਹਾਨੂੰ ਨੀਂਦ ਨਹੀਂ ਪ੍ਰੋਪਰ ਆਉਣੀ ਕੋਈ ਇੱਕ ਦਿਨ ਦੀ ਜਿਹੜੀ ਪਲੈਨਿੰਗ ਹੈਗੀ ਉਸ ਸਕਸੈਸ ਤੇ ਪਹੁੰਚਣ ਦੀ ਉਹ ਪਲੈਨਿੰਗ ਨੂੰ ਪੂਰੀ ਨਹੀਂ ਕਰ ਸਕੇ ਤਾਂ ਡਾਇਰੈਕਟ ਆਪਾਂ ਸਿੱਧੇ ਕਿਵੇਂ ਪਹੁੰਚਾਉਣੇ ਸਿੱਧਾ ਸਕਸੈਸ ਹੋ ਜਾਵਾਂਗੇ ਇੱਕ ਦਿਨ ਨੂੰ ਪਲੈਨ ਕਰੋ ਉਸੇ ਵਿੱਚ ਸਕਸੈਸ ਫਾਲੋ ਇੱਕ ਦਿਨ ਦਾ ਪਲੈਨ ਕੀਤਾ ਵੀ ਅੱਜ ਮੈਂ ਆਹ ਚੀਜ਼ ਕੀਤਾ ਤੁਹਾਨੂੰ ਅੰਦਰੋਂ ਖੁਸ਼ੀ ਆਉਣ ਲੱਗ ਪਊਗੀ ਵਾਕਈ ਜੋ ਮੈਂ ਸੋਚਿਆ ਸੀ ਅੱਜ ਮੈਂ ਕੀਤਾ ਆ ਇੱਦਾਂ ਜੇ ਕਰਦੇ ਗਏ ਅਤੇ ਜਦੋਂ ਆਪਾਂ ਜੋਬ ਲੱਗਾਂਗੇ ਆਪਾਂ ਕਿਸੇ ਨੂੰ ਦੱਸਣ ਯੋਗੇ ਵੀ ਹੋਵਾਂਗੇ ਆਪਾਂ ਇੱਦਾਂ ਪਲੈਨ ਕਰਕੇ ਇਹ ਮਿਹਨਤ ਕਰਦੇ ਰਹੇ ਹਾਂ ਜਾਂ ਤੁਹਾਡੀ ਪਲੈਨਿੰਗ ਇਹ ਹੋਊਗੀ ਵੀ ਅਸੀਂ ਲੋਕਡਾਊਨ 'ਚ ਘਰੇ ਬੈਠੇ ਸੁੱਤੇ ਰਹਿੰਦੇ ਸੀਗੇ ਟੀ ਵੀ ਵੇਖਦੇ ਰਹਿੰਦੇ ਸੀਗੇ ਮੋਬਾਈਲ ਦੇਖਦੇ ਰਹਿੰਦੇ ਸੀਗੇ ਲੋਕਡਾਊਨ ਲਗਾਤਾਰ ਲੱਗਾ ਰਿਹਾ 5 ਮਹੀਨੇ ਸਾਡੀ ਮਿਹਨਤ ਹੋ ਨਹੀਂ ਸਕੀ ਅਤੇ ਅਸੀਂ ਜੋਬ 'ਤੇ ਨਹੀਂ ਲੱਗ ਸਕੇ ਜਿਹੜੇ ਘਰੇ ਮਿਹਨਤ ਕਰਦੇ ਸੀ ਉਹ ਜੋਬ ਲੱਗ ਗਏ ਜਾਂ ਤੁਸੀਂ ਇਹ ਕਹੋ ਜਦੋਂ ਤੁਸੀਂ ਅਨਸਕਸੈਸਫੁਲ ਹੋ ਗਏ ਤਾਂ ਲੋਕ ਤੁਹਾਨੂੰ ਪੁੱਛਣਗੇ ਆ ਤੁਸੀਂ ਜੋਬ ਕਾਹਤੋਂ ਲੱਗੇ ਉਦੋਂ ਕਾਰਨ ਤੁਹਾਡੇ ਇਹੀ ਹੋਣਾ ਲੋਕਡਾਊਨ ਲੱਗਾ ਰਿਹਾ ਸਰਕਾਰ ਨੇ ਲੋਕਡਾਊਨ ਬਹੁਤ ਲੰਮਾ ਲਾਈ ਰੱਖਿਆ ਮਿਹਨਤ ਕਰ ਨਹੀਂ ਸਕੇ ਸੈਂਟਰ ਜਾ ਨਹੀਂ ਸਕੇ ਤੁਹਾਡੇ ਕੋਲ ਬਹੁਤ ਕਾਰਨ ਹੋਣਗੇ ਪਰ ਅੱਜ ਸਟੈਨੋਗ੍ਰਾਫਰਾਂ ਕੋਲ ਪੰਜਾਬੀ ਵਾਲੇ ਇੰਗਲਿਸ਼ ਵਾਲੇ ਕੋਈ ਇਹਦਾ ਕੋਈ ਕਾਰਨ ਨਹੀਂ ਹੈਗਾ ਸਾਰਾ ਕੁਝ ਆਨਲਾਈਨ ਤੁਹਾਡੇ ਕੋਲ ਮਟੀਰੀਅਲ ਸਾਰਾ ਪੰਜਾਬ ਦੇ ਸਟੈਨੋਗ੍ਰਾਫਰਾਂ ਕੋਲ ਪੂਰੇ ਇੰਡੀਆ ਦੇ ਇੰਗਲਿਸ਼ ਵਾਲਿਆਂ ਕੋਲ ਵੀ ਬਹੁਤ ਕੁਝ ਬਹੁਤ ਚੈਨਲ ਬਣ ਚੁੱਕੇ ਆ ਜਿਹੜੇ ਤੁਹਾਨੂੰ ਘਰੇ ਸਾਰਾ ਕੁਝ ਮਟੀਰੀਅਲ ਭੇਜ ਰਹੇ ਆ ਕੰਮ ਕਰਵਾ ਰਹੇ ਆ ਤੁਹਾਨੂੰ ਬਸ ਤੁਸੀਂ ਉਹਨੂੰ ਫੋਲੋ ਕਰੀ ਚੱਲੋ ਜਿੰਨੇ ਵੀ ਚੈਨਲ ਹੈਗੇ ਜੋ ਵੀ ਅਪਲੋਡ ਕਰਦੇ ਆ ਸਾਰਿਆਂ ਨੂੰ ਡਾਊਨਲੋਡ ਕਰ ਲਓ ਵੀਡੀਓ ਤੁਹਾਨੂੰ ਭੇਜ ਰਹੇ ਆ ਡਾਕੂਮੈਂਟ ਨਾਲ ਭੇਜਦੇ ਪਏ ਆ ਤੁਸੀਂ ਟਾਰਗੇਟ ਰੱਖੋ ਜਿੰਨੇ ਵੀ ਚੈਨਲਾਂ 'ਤੇ ਕੁਝ ਵੀ ਡਾਟਾ ਅਪਲੋਡ ਹੁੰਦਾ ਤੁਸੀਂ ਲਿਖ ਕੇ ਹੀ ਸੌਣਾ ਆ ਤੁਹਾਡਾ ਟਾਰਗੇਟ ਇਹੀ ਹੋਣਾ ਜੋ ਵੀ ਕੋਈ ਵੀ ਬੰਦਾ ਤੁਹਾਨੂੰ ਮਟੀਰੀਅਲ ਭੇਜ ਰਿਹਾ ਉਹ ਭੇਜ ਰਿਹਾ ਤਾਂ ਤੁਸੀਂ ਬਸ ਵੇਖ ਕੇ ਛੱਡ ਨਹੀਂ ਦੇਣਾ ਉਹਨੂੰ ਜੋ ਆ ਗਿਆ ਉਹ ਸਮਝੋ ਵੀ ਪਰਮਾਤਮਾ ਨੇ ਤੁਹਾਡੇ ਕੋਲ ਡਾਟਾ ਉਹ ਭੇਜਿਆ ਵੀ ਤੁਸੀਂ ਉਹ ਕਰਨਾ ਆ ਤੁਹਾਡਾ ਟਾਰਗੇਟ ਇਹ ਹੋਣਾ ਚਾਹੀਦਾ ਜਿੰਨੇ ਵੀ ਚੈਨਲ ਹੈਗੇ ਉਹਦਾ ਸਰਚ ਕਰ ਲਓ ਬਹੁਤ ਚੈਨਲ ਡੇਲੀ ਬਣਦੇ ਪਏ ਆ ਅਤੇ ਆਪਣੇ ਜਿਹੜੇ ਗਰੁੱਪ ਨੇ ਉਹ 'ਚ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਵੀ ਕਿਹੜੇ ਕਿਹੜਾ ਚੈਨਲ ਹੈਗਾ ਜੇ ਤੁਹਾਨੂੰ ਨਾ ਵੀ ਕੁਝ ਪਤਾ ਲੱਗਾ ਤੂੰ ਵੀ ਮੈਨੂੰ ਮੈਸੇਜ ਕਰ ਸਕਦੇ ਤੁਹਾਨੂੰ ਚੈਨਲ ਦੇ ਲਿੰਕ ਮੈਂ ਵੀ ਸੈਂਡ ਕਰ ਦੂੰਗਾ ਅਤੇ ਚੈਨਲ ਵੈਸੇ ਯੂਟਿਊਬ 'ਤੇ ਵੀ ਸਰਚ ਕਰੋਗੇ ਚੈਨਲ ਤੁਹਾਨੂੰ ਸਾਰੇ ਮਿਲ ਜਾਣਗੇ ਠੀਕ ਹੈ ਉਹਨਾਂ ਦੇ ਵਟਸਐਪ ਗਰੁੱਪ ਬਣੇ ਹੋਏ ਉਹਨੂੰ ਜੁਆਇਨ ਕਰੋ ਅਤੇ ਤਿਆਰੀ ਕਰਦੇ ਰਹੋ ਤੁਹਾਡਾ ਟਾਰਗੇਟ ਇਹ ਹੋਣਾ ਚਾਹੀਦਾ ਜੋ ਵੀ ਕੁਝ ਆ ਰਿਹਾ ਮਟੀਰੀਅਲ ਨਵਾਂ ਉਹ ਤੁਸੀਂ ਲਿਖਣਾ ਹੀ ਲਿਖਣਾ ਹੈ ਠੀਕ ਹੈ ਜੇ ਉਹ ਤੁਸੀਂ ਨਹੀਂ ਲਿਖ ਰਹੇ ਅਤੇ ਬਾਕੀ ਉਸ ਚੈਨਲ 'ਤੇ ਜਾ ਕੇ ਵਿਜ਼ਿਟ ਕਰੋ ਵੀ ਕਿੰਨੇ ਸਟੂਡੈਂਟ ਉਹਦੇ ਵਿੱਚ ਉਸ ਡਿਟੇਸ਼ਨ ਲਿਖ ਰਹੇ ਆ ਉਹਦੀ ਵੀਡੀਓ ਦੇਖ ਰਹੇ ਆ ਠੀਕ ਆ ਉਹ ਸਟੂਡੈਂਟ ਇਸ ਤਰ੍ਹਾਂ ਮਿਹਨਤ ਕਰ ਰਹੇ ਆ ਉਹ ਤੁਹਾਡੇ ਤੋਂ ਅੱਗੇ ਰਹਿਣਗੇ ਰਹਿਣਗੇ ਜੇ ਉਸ ਚੀਜ਼ ਨੂੰ ਫੋਲੋ ਕਰਦੇ ਆ ਰਹੇ ਆ ਅਤੇ ਜੇ ਤੁਸੀਂ ਫੋਲੋ ਨਹੀਂ ਕਰਦੇ ਪਏ ਤੁਸੀਂ ਵੇਟ ਕਰਦੇ ਪਏ ਵੀ ਲੋਕਡਾਊਨ ਖੁੱਲਣਗੇ ਸਰਕਾਰ ਵੋਟਾਂ ਕੱਢੇਗੀ ਉਦੋਂ ਉਸ ਦਾ ਇੱਕੋ ਦਮ ਮਿਹਨਤ ਕਰਨ ਲੱਪਾਂਗੇ ਇੱਦਾਂ ਦਾ ਤਾਂ ਕਰ ਦਾਂਗੇ ਪਰ ਇਹ ਵੀ ਦਿਮਾਗ ਦੇ ਵਿੱਚ ਰੱਖੋ ਜਿਹੜੇ ਬੰਦੇ ਉਸ ਟਾਈਮ ਮਿਹਨਤ ਕਰਦੇ ਆ ਉਹਨਾਂ ਦੀ ਮਿਹਨਤ ਉਸ ਟਾਈਮ 'ਤੇ ਡਬਲ ਹੋ ਜਾਣੀ ਆ ਤੁਸੀਂ ਉਹਨਾਂ ਨੂੰ ਕਵਰ ਨਹੀਂ ਕਰ ਸਕਦੇ ਉਹਨਾਂ ਦੇ ਪਿੱਛੇ ਭੱਜਦੇ ਰਹੋਗੇ ਉਹ ਅੱਗੇ ਲੰਘ ਜਾਣੇ ਆ ਇਸ ਕਰਕੇ ਤੁਹਾਡੀ ਤਿਆਰੀ ਹੁਣੇ ਤੋਂ ਹੀ ਚਾਹੀਦੀ ਆ ਬਸ ਠੀਕ ਹੈ ਜੀ ਥੈਂਕ ਯੂ ਜੀ ਬਾਕੀ ਗੱਲਬਾਤ ਫਿਰ ਕਰਦੇ ਹਾਂ ਠੀਕ ਹੈ ਥੈਂਕ ਯੂ